ਕਬੱਡੀ ਪਾਉਣ ਵਾਸਤੇ ਮੁਹੰਮਦ ਅਬਰਾਰ ਸਿੰਘ ਜਿਹੜਾ ਕਬੱਡੀ 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 ਕਰਦਾ ਹੈ, ਮੇਰੇ ਚਾਰ ਜਾਫੀ ਵੇਖਣ ਨਾਲ ਟੱਕਰ ਲੈਂਦਾ ਹੈ, ਬੱਲੇ ਬੱਲੇ ਸੱਜੀ ਕਦੇ ਮੁੰਡੇ ਦਾ ਟੱਕਰ ਹੋਈ ਤੇ ਇੱਕ ਨੰਬਰ ਦਾ ਵਾਧਾ ਕਰਕੇ ਮੁਹੰਮਦ ਅਬਰਾਰ ਸਿੰਘ ਜਿਹੜਾ ਅਗਲੀ ਕਬੱਡੀ ਪਾਉਣ ਵਾਸਤੇ ਲੱਗੇ, ਕੋਈ ਤਾੜੀ ਮਾਰ ਦਿਓ। ਮੁਹੰਮਦ ਸਾਹਿਦ ਰਹਿਮਾਨੀ ਅਲ ਖਾਲਕ ਟੈਂਕ ਪਾਕਿਸਤਾਨ ਆਰਮੀ ਪਹਿਲੀ ਕਬੱਡੀ ਪਾਉਣ ਵਾਸਤੇ ਕਸੇ ਜਿਹੜਾ ਨੰਬਰ ਲੈਣ ਮੈਂ ਚੱਲਿਆ ਤੇ ਡਾਡਿਆਂ ਦੇ ਨਾਲ ਖਾਣ ਮੈਂ ਚੱਲਿਆ, ਰੱਬ ਅੱਗੇ ਮੱਥਾ ਟੇਕ ਕੇ ਉੱਚੀ ਥਾਂ ਤੇ ਬੈਣ ਮੈਂ ਚੱਲਿਆ। ਸੱਜੀ ਕਦਮ ਮੰਡਲ ਦੋ ਤਿੰਨ ਚਾਰ ਕਿੰਨੇ ਪੈ ਗਏ। ਅਸਤਾਦ ਖਾਲੇ ਬਦਲੀ ਵਿਸਲ ਦਾ ਇਸ਼ਾਰਾ ਕਿ ਪੁਆਇੰਟ, ਕਬੱਟਰ ਦਾ ਪੁਆਇੰਟ ਮੁਹੰਮਦ ਜ਼ਾਹਿਦ ਰਹਿਮਾਨੀ ਦਾ। ਅਗਲੀ ਕਬੱਡੀ ਪਾਉਣ ਵਾਸਤੇ ਸਾਈਂ ਸ਼ਕੂਰ ਕਬੱਡੀ ਪਾਉਣ ਵਾਸਤੇ ਸਾਈਂ ਸ਼ਕੂਰ ਇੱਕ ਵਾਰੀ ਕਬੱਡੀ ਕਬੱਡੀ ਕਰਦਾ ਹੈ। ਮੇਰੇ ਚਾਰ ਜਾਫੀ ਸਰਕਾਰ ਦੇ ਦੋ ਨੰਬਰ ਦੇ ਮੁੰਡੇ ਦੇ ਬੜੇ ਭਰੂ ਹੈ। ਅਸਤਾਦਾਂ ਨੇ ਵਿਸਲ ਦੱਸੇਗੀ ਕਿ ਪੁਆਇੰਟ ਕਿਹਦਾ ਹੈ, ਪੁਆਇੰਟ ਕਬੱਟਰ ਦਾ, ਪੁਆਇੰਟ ਚਾਰ ਭਾਗਲ ਦਾ। ਪੀਰ ਸਿੰਘ ਰਵੈਸ਼ ਅਲੀ ਸਾਹਿਬ ਲਾਲੀ ਉਹਨੇ ਟੂਰਨਾਮੈਂਟ ਕਮੇਟੀ ਦਾ 20,000 ਰੁਪਇਆ ਨਾਮ ਦਿੱਤਾ। ਕੋਈ ਤਾੜੀ ਮਾਰ ਦੇ, ਟੂਰਨਾਮੈਂਟ ਕਮੇਟੀ ਨੂੰ 20,000 ਰੁਪਏ ਦਾ ਨਾਮ। ਪੀਰ ਸੈਦ ਰਵੈਸ਼ ਅਲੀ ਸ਼ਾਹ ਗਿਲਾਨੀ ਉਹਨਾਂ ਦੇ ਨਾਲ ਲਾਓ, ਗੁਲਾਮ ਮੁਸਤਫਾ 10,000 ਰੁਪਇਆ ਟੂਰਨਾਮੈਂਟ ਕਮੇਟੀ ਨੇ ਤਾਮਲ ਕੀਤਾ। ਕੋਈ ਤਾੜੀ ਮਾਰ ਦੇ ਯਾਰ। ਅਗਲੇ ਮੁਕਾਬਲੇ ਕੇ ਦੋਵੇਂ ਟੀਮਾਂ ਵੀ ਰੈਡੀ ਹੋ ਜਾਓ, ਬਾਹਰ ਚੱਲਣ ਕਾ ਬਾ ਮੁਕਾਬਲਾ ਨਵਾਂ ਲਾਹੌਰ। ਅਗਲੇ ਮੁਕਾਬਲੇ ਦੀਆਂ ਦੋਵੇਂ ਟੀਮਾਂ ਵੀ ਰੈਡੀ ਹੋ ਕੇ ਹਰ ਸਮੇਂ ਦੇ ਵਿੱਚ ਮੈਦਾਨ ਆ ਜਾਓ, ਬਾਹਰ ਚੱਲਣ ਕੇ ਬਾ ਮੁਕਾਬਲਾ ਨਵਾਂ ਲਾਹੌਰ। ਨਵੀਂ ਕਬੱਡੀ ਪਾਉਣ ਵਾਸਤੇ ਅਬਰਾਰ ਸਿੰਘ ਜਿਹੜਾ ਬੱਲੇ ਬੱਲੇ ਤੇ ਇਕੱਠਾ ਕਰ ਲਿਆ ਮੁੰਡੇ ਨੇ, ਇੱਥੇ ਲੱਗੇਗਾ ਪਤਾ। ਅਸਤਾਦਾਂ ਦੇ ਵਿਸਲ ਦੱਸੇਗੀ ਪੁਆਇੰਟ ਜਾਫੀ ਦਾ, ਪੁਆਇੰਟ ਸਰਦਾਰ ਦਾ। ਅਗਲੀ ਕਬੱਡੀ ਪਾਉਣ ਵਾਸਤੇ ਸੱਜੀ ਕਦੇ ਹਲਕਾ ਜਿਹਾ ਟੱਚ ਮਾਰਿਆ ਤੇ ਇੱਕ ਨੰਬਰ ਦਾ ਵਾਧਾ ਕਰਕੇ ਲਾਲ ਰੰਗ ਨੇ ਨਿਕਲ ਪਾਇਆ ਗਬਰੂ ਨੇ। ਮੇਰੀ ਕਬੱਡੀ ਪਾਉਣ ਵਾਸਤੇ ਸਾਈਂ ਸ਼ਕੂਰ ਇੱਕ ਵਾਰੀ ਫੇਰ ਬਾਹਰ ਪਿਆ ਹੈ। ਮੇਰੇ ਚਾਰ ਜਾਫੀ ਸਰਦਾਰ ਦੇ ਵੇਖੋ ਕਿੰਨਾ ਟੱਕ ਲੈਂਦੇ ਨੇ, ਵੇਖ ਲਿਆ ਕਿਤੇ ਵਿੱਚ ਰਾਣੇ ਸਹੀ ਦੀ ਗੱਲ ਹੁੰਦੀ ਹੈ। ਬੱਲੇ 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 ਬਾਹਰ ਚੱਲਣ ਕਾ ਬਾ ਮੁਕਾਬਲਾ ਕਬੱਡੀ ਪਾਉਣ ਵਾਸਤੇ ਮੁਹੰਮਦ ਸਾਹਿਦ ਰਹਿਮਾਨੀ ਕਬੱਡੀ 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 ਕਰਦਾ। ਮੇਰੇ ਚਾਰ ਜਾਫੀ ਕਚੀਰ ਦਾ ਹਵਾਵਾਂ ਲੰਘੇ ਸ਼ੋਰ ਨਾਲ ਵੇਖਣਾ, ਤੇਰੀ ਅੱਜ ਖੇਡ ਜਰਾ ਗੌਰ ਨਾਲ ਵੇਖਣਾ, ਪੰਛੀ ਖਲੈਂਦੇ ਅਸੀਂ ਖੇਡ ਕਰਦਾ, ਚਾਹੇ ਸ਼ਜ਼ਾਦਾ ਜਦੋਂ ਰੇਡ ਕਰਦਾ। ਇੱਕ ਨੰਬਰ ਦਾ ਵਾਧਾ ਕਰਕੇ ਮੁਹੰਮਦ ਸਾਹਿਦ ਰਹਿਮਾਨੀ। ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਸੰਗੇੜਾ ਫੜਕ ਦੇ ਡੌਲੇ ਚ ਪੈਂਦੀਆਂ ਨੇ ਛੱਲੀਆਂ ਤੇ ਜੱਟ ਦੀਆਂ ਰੇਡਾਂ ਲੋਕੋ ਜਾਂਦੀਆਂ ਨੀ ਝੱਲੀਆਂ। ਸੋਹਣੀ ਪੈਂਦਾ ਪਿੜ ਵਿੱਚ ਰੇਡ ਮਿੱਤਰਾ, ਜੇ ਤੂੰ ਕੱਢੀ ਪਾਉਂਦੇ ਗੱਭਰੂ ਨੂੰ ਵੇਖ ਮਿੱਤਰਾ। ਹਲਕਾ ਜਿਹਾ ਟੱਚ ਮਾਰਿਆ ਦੋ ਨੰਬਰ ਤੇ ਇੱਕ ਨੰਬਰ ਦਾ ਵਾਧਾ ਕਰਕੇ ਮੁਹੰਮਦ ਅਬਰਾਰ ਸੰਗੇੜਾ। ਮੈਂ ਜੀ ਅਗਲੀ ਕਬੱਡੀ ਪਾਉਣ ਵਾਸਤੇ ਗੱਭਰੂ ਭਾਰੀ ਭਰਕਮ ਦੇ ਜਿਸਾ ਪੀਲੇ ਰੰਗ ਦੀ ਨਿਕਲ ਪਾਈ ਹੈ। ਮੇਰੇ ਚਾਰ ਜਾਫੀ ਸ਼ਹਿਰ ਧਾਰਨੇ ਦੇ ਬੱਲੇ ਬੱਲੇ ਸੰਜੀ ਕਦੇ ਮੁੰਡੇ ਨੇ ਤਗੜਾ ਪ੍ਰੈਸ ਮਾਰਿਆ, ਇੱਕ ਨੰਬਰ ਦਾ ਵਾਧਾ ਕਰ ਗਿਆ। ਬਾਬਾ ਜੀ ਆਰਮ ਲੈਣ ਤੁਹਾਡੇ ਪਿਆਰ ਦਾ ਬਹੁਤ ਸ਼ੁਕਰੀਆ। ਕਮੈਂਟਰੀ ਬਾਕਸ ਦੇ ਨਾਮ ਭੇਜਿਆ ਨੇ ਬਾਬਾ ਆਰਮ। ਜੋ ਜੀ ਕਬੱਡੀ ਪਾਉਣ ਵਾਸਤੇ ਸਾਈਂ ਸ਼ਕੂਰ ਇੱਥੇ ਲੱਗੇਗਾ ਪੱਕਾ। ਸਾਹਮਣੇ ਬੱਲੇ ਬੱਲੇ ਰਾਹ ਦੇਖਣ ਦੀ ਗੱਲ ਕੀਤੀ ਹੈ, ਪਰ ਇੱਕ ਨੰਬਰ ਦਾ ਵਾਧਾ ਕਰਕੇ ਸਾਈਂ ਸ਼ਕੂਰ ਕਿ ਹੁਣ ਇੱਜ਼ਤ ਆਮ ਕਬੱਡੀ ਦੀ, ਹੁਣ ਆਮ ਕਬੱਡੀ ਦਾ ਵਿੱਚ ਪਿੜਦੇ ਰਹਿ ਕੇ ਇਸ਼ਕ ਵਾਲੇ ਤੇ ਪਰਮ ਕਲਾਮ ਕਬੱਡੀ ਦਾ। ਕੁਝ ਚਿੜੀਆਂ ਸਜਰੇ ਚਹਿਕ ਪਈਆਂ, ਸੁਣ ਚਰਚਾ ਸ਼ਾਮ ਕਬੱਡੀ ਦਾ, ਸਭ ਖੇਡਾਂ ਨਾਲੋਂ ਅੱਜ ਸਫ਼ਰ ਹੈ ਵੱਧ ਮਕਾਮ ਕਬੱਡੀ ਦਾ, ਹੈ ਵੱਧ ਮਕਾਮ ਕਬੱਡੀ ਦਾ। ਚੱਲ ਪਈ ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਅਬਰਾਰ ਸਿੰਘ ਜਿਹੜਾ ਜੀ ਬੜੀ ਮਿਹਰਬਾਨੀ। ਅਗਲੇ ਮੁਕਾਬਲੇ ਦੀਆਂ ਦੋਵੇਂ ਟੀਮਾਂ ਬਾਹਰ ਚੱਲਣ ਕਾ ਬਾ ਮੁਕਾਬਲਾ ਨਵਾਂ ਲਾਹੌਰ, ਦੋਵੇਂ ਟੀਮਾਂ ਰੈਡੀ ਹੋ ਕੇ ਮੈਦਾਨ ਵਿੱਚ, ਬੜੀ ਮਿਹਰਬਾਨੀ। ਲੈ ਜੀ ਕਬੱਡੀ ਪਾਉਣ ਵਾਸਤੇ ਮੁਹੰਮਦ ਜ਼ਾਹਿਦ ਰਹਿਮਾਨੀ ਕਿ ਉਹਦੀ ਫਿਤਰਤ ਕੈਰ ਨਾ ਛੱਡੇ ਤੇ ਸੱਜਣ ਹੋ ਕੇ ਵੈਰ ਨਾ ਛੱਡੇ। ਚੱਲੋ ਅਸੀਂ ਨਹੀਂ ਮੱਥੇ ਲੱਗਦੇ, ਉਹਨੂੰ ਵੇਖੋ ਸ਼ਹਿਰ ਨਾ ਛੱਡੇ ਤੇ ਜਿੱਤ ਮੁਕੱਦਰ ਹੋ ਸਕਦੀ ਏ। ਬਸ ਇੱਕ ਬੰਦਾ ਪੈਰ ਨਾ ਛੱਡੇ, ਜਿੱਤ ਮੁਕੱਦਰ ਹੋ ਸਕਦੀ ਏ। ਬਸ ਇੱਕ
ਡੰਡਾ ਪੈਰ ਨਾ ਛੱਡੇ ਕੁਆਟ ਮੁਹੰਮਦ ਜ਼ਾਹਿਦ ਰਹਿਮਾਨੀ ਦਾ ਅਗਲੀ ਕਬੱਡੀ ਪਾਉਣ ਵਾਸਤੇ ਸਾਈਂ ਸ਼ਕੂਰ ਫਿਰ ਇੱਕ ਵਾਰੀ ਵਧਿਆ ਹੈ ਵਿੱਚ ਮੈਦਾਨ ਦੇ ਮੂਹਰੇ ਚਾਰ ਜਾਫੀ ਦੇਖੋ ਕਿੰਨਾ ਟੱਕਰ ਲੈਂਦਾ ਹੈ ਚਾਰ ਜਾਫੀ ਬਿਲਕੁਲ ਚਾਰ ਪਰ ਚਾਰ ਬੜਾ ਮਿਹਰਬਾਨੀ ਅਗਲੇ ਮੁਕਾਬਲੇ ਦੋਵੇਂ ਟੀਮਾਂ ਮੈਦਾਨੇ ਆ ਜਾਓ ਬਾਹਰ ਚੱਲਣ ਦਾ ਬਾਹਰ ਮੁਕਾਬਲਾ ਨੋਵਾ ਲਾਹੌਰ ਚੱਲ ਵੀ ਕਬੱਡੀ ਪਾਉਣ ਵਾਸਤੇ ਗੱਭਰੂ ਬਿਲਕੁਲ ਚਾਰ ਪਰ ਚਾਰ ਕਿ ਯਾਰਾਂ ਨਾਲ ਹੀ ਟੋਲੀਆਂ ਸੱਜਦੀਆਂ ਨੇ ਟੋਲੀ ਹੁੰਦੀ ਨੀ ਕੋਈ ਵੀ ਇਕੱਲਿਆਂ ਦੀ ਸੱਜਣੋ ਖੇਡ ਕਬੱਡੀ ਹੈ ਕੰਮ ਔਖਾ ਇਹ ਕੋਈ ਖੇਡ ਨੀ ਗੇਮ ਤੇ ਬੱਲਿਆਂ ਦੀ ਇਹ ਕੋਈ ਖੇਡ ਨੀ ਗੇਮ ਤੇ ਬੱਲਿਆਂ ਦੀ ਮੇਰੀ ਕਬੱਡੀ ਪਾਉਣ ਵਾਸਤੇ ਮੁਹੰਮਦ ਇਬਰਾਰ ਸਿੰਘੇੜਾ ਫਿਰ ਇੱਕ ਵਾਰੀ ਵਜਿਆ ਹੋ ਮੈਦਾਨ ਦੇ ਮੇਰੇ ਚਾਰ ਜਾਫੀਆਂ ਕੰਨੀ ਜਦੋਂ ਵੇਖ ਰਿਹਾ ਰਾਣਾ ਸਹੀਦ ਬੱਲੇ ਬੱਲੇ ਵੇਖੋ ਕਿੰਨਾ ਟੱਕਰ ਲੈਂਦਾ ਹੈ ਕੀ ਸਕਦੇ ਹੋ ਸਮਾਜ ਸਿੰਘ ਜੀ ਕਮੀ ਹਲਕੇ ਦੇ ਟੱਜ ਮਾਰੇ ਸਦਕੇ ਜਮਾ ਕਰਨ ਦੇ ਵਾਤਾ ਕਰਕੇ ਮੁਹੰਮਦ ਇਬਰਾਰ ਸਿੰਘੇੜਾ ਦੂਜੀ ਅਗਲੀ ਕਬੱਡੀ ਪਾਉਣ ਵਾਸਤੇ ਸੰਮੀ ਬਲੋਚ ਪਾਕਿਸਤਾਨ ਆਰਮੀ ਕਬੱਡੀ 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 ਕਰਦਾ ਮੋਹਰੇ ਚਾਰ ਜਾਫੀ ਕਸ਼ਿਗਰ ਜਿਹੀ ਅੱਖ ਤੇ ਸ਼ੇਰਾਂ ਜਿਹੀ ਤੋਰਨੀ ਸਾਂਭਿਆ ਨਹੀਂ ਜਾਂਦੇ ਸੱਤੇ ਇੱਕ ਵਿੱਚ ਜ਼ੋਰਨੀ ਦੇਖ ਲਸ਼ਕਾਰਾ ਜ਼ਰਾ ਲਾਰੀਆਂ ਤੇ ਕੋਚਾਂ ਦਾ ਖੇਡਣ ਕਬੱਡੀ ਵੇਖਾਇਆ ਪੁੱਤ ਬਲੋਚਾਂ ਦਾ ਮੁਹੰਮਦ ਸੰਮੀ ਬਲੋਚ ਬੱਲੇ ਬੱਲੇ ਸਾਹਮਣੇ ਚਾਰ ਜਾਫੀ ਹਲਕਾ ਦਿੱਤਾ ਸਦਕੇ ਜਾਵਾਂ ਇੱਕ ਨੰਬਰ ਦਾ ਵਾਅਦਾ ਕਰ ਗਿਆ ਸੰਮੀ ਬਲੋਚ ਲੋ ਜੀ ਅਗਲੇ ਮੁਕਾਬਲੇ ਦੇ ਦੋਵੇਂ ਟੀਮਾਂ ਬਾਹਰ ਚੱਲਣ ਦਾ ਬਾ ਮੁਕਾਬਲਾ ਨਵਾਂ ਲਾਹੌਰ ਦੋਵੇਂ ਟੀਮਾਂ ਕਿੱਟਾਂ ਕਰਕੇ ਮੈਦਾਨ ਚ ਆ ਜਾਓ ਬੜੀ ਮਿਹਰਬਾਨੀ ਟੂਰਨਾਮੈਂਟ ਇੰਤਜ਼ਾਮੀਆ 514 ਮਿੰਟ ਮੇਰਾ ਬੱਬਰ ਸ਼ੇਰ ਰਾਣਾ ਮੁਹੰਮਦ ਅਫਜ਼ਲ ਫੌਜੀ ਅਰਸ਼ਦ ਹਾਜੀ ਇਰਫਾਨ ਇਰਫਾਨ ਸਾਖੀ ਮੇਰਾ ਬੱਬਰ ਸ਼ੇਰ ਮੇਰਾ ਪੰਛੀ ਮੇਰਾ ਬੱਬਰ ਸ਼ੇਰ ਸੁਲਤਾਨ ਕਾਨੂੰਨ ਜਿਹਨਾਂ ਦੀਆਂ ਮਿਹਨਤਾਂ ਨਾਲ ਟੂਰਨਾਮੈਂਟ ਪ੍ਰਵਾਨ ਚੜੇਗਾ ਚੱਲ ਪਈ ਕਬੱਡੀ ਪਾਉਣ ਵਾਸਤੇ ਮੁਹੰਮਦ ਬਰਾਰ ਸੰਘੇੜਾ ਚੱਟ ਪੁੱਟ ਦੀ ਕਬੱਡੀ ਹੈ ਇੱਥੇ ਲੱਗੇਗਾ ਪਤਾ ਮੇਰੇ ਚਾਰ ਜਾਫੀ ਬਿਲਕੁਲ ਚਾਰ ਦਰ ਚਾਰ ਦੇਖੋ ਕਿਹਦੇ ਨਾਲ ਟੱਕਰ ਲੈਂਦਾ ਹੈ ਕਿ ਰੂਪ ਕੋਈ ਜਾਦੀ ਨਹੀਂ ਹੁੰਦੀ ਤੇ ਹੀਰ ਵੀ ਇੱਕ ਦਿਨ ਹੀਰ ਨਹੀਂ ਹੁੰਦੀ ਸ਼ੀਸ਼ੇ ਸਾਹਮਣੇ ਮੈਂ ਹੁੰਦਾ ਵਾ ਵਿੱਚ ਮੇਰੀ ਤਸਵੀਰ ਨਹੀਂ ਹੁੰਦੀ ਤੇ ਬੰਦੇ ਨੂੰ ਕੁਛ ਕਰ ਦਿੰਦੀ ਏ ਟੋਇਲਟ ਅਮੀਰ ਨਹੀਂ ਹੁੰਦੀ ਤੇ ਲੱਭੋ ਲੁੱਟਣ ਵਾਲਾ ਕਿਹੜਾ ਜੋ ਵੀ ਇਹ ਤਕਦੀਰ ਨਹੀਂ ਹੁੰਦੀ ਤੇ ਲੱਭੋ ਲੁੱਟਣ ਵਾਲਾ ਕਿਹੜਾ ਜੋ ਵੀ ਇਹ ਤਕਦੀਰ ਨਹੀਂ ਹੁੰਦੀ ਬੱਲੇ ਬੱਲੇ ਬੇਨ ਮਤ ਹਲਕੇ ਦਾ ਟੱਚ ਮਾਰੇ ਦੇ ਕਲਮ ਦਾ ਵਾਅਦਾ ਕਰ ਗਿਆ ਗੱਭਰੂ ਅਗਲੀ ਕਬੱਡੀ ਪਾਉਣ ਵਾਸਤੇ ਸਾਈ ਸ਼ਕੂਰ ਮੇਰਾ ਬੱਬਰ ਸ਼ੇਰ ਸਰਦਾਰ ਗੋਰਾ ਕਪਤਾਨ ਪੰਜਾਬ ਕਾਲਜ ਇੱਕ ਵਾਰੀ ਕਬੱਡੀ ਕਬੱਡੀ ਕਰਦਾ ਹੋਇਆ ਉੱਗਣਾ ਸੱਪ ਕਹਿੰਦੇ ਹੈ ਹਲਕੀ ਜਿਹੀ ਉਮਰ ਮੁੰਡੇ ਦੀ ਚਿੱਟਾ ਨਸ਼ੇ ਰੰਗ ਮੇਰੇ ਚਾਰ ਜਾਫੀ ਛਾੜ ਤਾਲੇ ਦੇ ਬੱਲੇ 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 ਸੰਜੀ ਕਨੇ ਮੁੰਡੇ ਨੇ ਕੈਂਚੀ ਲਾ ਗਈ ਹੈ ਕਿ ਸਫ਼ਰ ਵਾਸਤੇ ਗੱਡੀ ਚੰਗੀ ਰੇਲ ਹੁੰਦੀ ਆ ਤੇ ਵੱਜੀ ਹੋਈ ਕੈਂਚੀ ਸੈਂਟਰ ਜੇਲ ਹੁੰਦੀ ਆ ਇੱਥੇ ਲੱਗੇਗਾ ਪਤਾ 30 ਸੈਕਿੰਡ ਦਾ ਸਮਾਂ ਤੇ ਕੋਈ ਮੌਕਾ ਨਹੀਂ ਦਿੱਤਾ ਜਾ ਰਿਹਾ ਪੁਆਇੰਟ ਵੇਖੋ ਕਿਤੇ ਇੱਕ ਨੇ ਜੁੜੇਗਾ ਬੱਲੇ 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 ਕੈਂਚੀ ਲੱਗੀ ਹੋਈ ਉਸਤਾਦਾਂ ਨੇ ਵਿਸਲ ਦਾ ਇੰਤਜ਼ਾਰ ਹੈ ਕਿ ਪੁਆਇੰਟ ਕਦੀ ਇੱਕ ਨੇ ਜੁੜਦਾ ਪੁਆਇੰਟ ਜਾਫੀ ਦਾ ਪੁਆਇੰਟ ਸਰਦਾਰ ਦਾ ਹੈਲੋ ਅਸਲਾਮੁਅਲੈਕਮ ਕੌਣ ਅਮਰਸੁਰ ਬੋਲਦਾ ਜੋ ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਸੰਮੀ ਬਲੋਚ ਕੌਣ ਬਾਹਰ ਬੈਠਾ ਵਾ ਕਬੱਡੀ ਕਰਦਾ ਮੇਰੇ ਚਾਰ ਜਾਫੀ ਛਾੜ ਤਾਲੀ ਦੇ ਬਿਲਕੁਲ ਚਾਰ ਦਰ ਚਾਰ ਵੇਖੋ ਕਿੰਨਾ ਟੱਕ ਲੈਂਦਾ ਚਾਹਾਂ ਦੇ ਕੋਲ ਕੀਤਾ ਦੋ ਨੰਬਰ ਦਾ ਹਲਕਾ ਜਿਹਾ ਟੱਚ ਮਾਰੇ ਦੇ ਕੰਮ ਕਰਦਾ ਮੈਂ ਕਿਹਾ ਸੀ ਕਿ ਜਾਓ ਮੁਹੰਮਦ ਸੰਮੀ ਬਲੋਚ ਅਗਲੀ ਕਬੱਡੀ ਪਾਉਣ ਵਾਸਤੇ ਸਾਈ ਸ਼ਕੂਰ ਭਾਈ ਜੀ ਅਗਲੇ ਮੁਕਾਬਲੇ ਵਿੱਚ ਬਾਹਰ ਚੱਲਣ ਦਾ ਬਾ ਮੁਕਾਬਲਾ ਨਵਾਂ ਲਾਹੌਰ ਮੈਂ ਇੱਥੇ ਬਾਹਰ ਬੈਠਾ ਵਾ ਮੈਂ ਆ ਜਾਓ ਬਾਹਰ ਚੱਲਣ ਦਾ ਬਾ ਮੁਕਾਬਲਾ ਨਵਾਂ ਲਾਹੌਰ ਦੋਵੇਂ ਟੀਮਾਂ ਕਿੱਟਾ ਕਰਕੇ ਬੜੀ ਮਿਹਰਬਾਨੀ ਮੈਦਾਨੇ ਆ ਜਾਓ ਕਬੱਡੀ ਪਾਉਣ ਵਾਸਤੇ ਗੱਭਰੂ ਇੱਕ ਵਾਰੀ ਚਾਰ ਪਰ ਚਾਰ ਵੇਖੋ ਕਿੰਨਾ ਟੱਕਰ ਲੈਂਦਾ ਹੈ ਮੇਰੇ ਚਾਰ ਜਾਫੀ ਬਿਲਕੁਲ ਚਾਰ ਪਰ ਚਾਰ ਹਲਕਾ ਜਿਹਾ ਟੱਚ ਮਾਰਿਆ ਸੱਜੀ ਕੰਨੀ ਤੇ ਉਂਗਲ ਖੜ ਕੀਤੀ ਆ ਇੱਕ ਨੰਬਰ ਦਾ ਵਾਅਦਾ ਕਰ ਰਿਹਾ ਗੱਭਰੂ ਕਬੱਡੀ ਪਾਉਣ ਵਾਸਤੇ ਬਰਾਰ ਸੰਘੇੜਾ ਕਿਵੇਂ ਇਸੇ ਖੁਮਾਰੀ ਜਾਂਦੀ ਉੱਚੀ ਛਾਲ ਨਹੀਂ ਮਾਰੀ ਜਾਂਦੀ ਤੇ ਸੋਹਣੇ ਇਕਲਾ ਇੰਜ ਖੋਂਦੇ ਨੇ ਦਾਨਿਆਂ ਦੀ ਮੱਤ ਮਾਰੀ ਜਾਂਦੀ ਤੇਸਲਾ ਨਾਲ ਜਲਾਈ ਹੋਵੇ ਨਸਲਾਂ ਤੀਕਰ ਯਾਰੀ ਜਾਂਦੀ ਅਸਲਾ ਨਾਲ ਜਲਾਈ ਹੋਵੇ ਨਸਲਾ ਕੀ ਕਰ ਜਾਰੀ ਜਾਂਦੀ ਫਿਰ ਜੀ ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਇਬਰਾਰ ਸਿੰਘ ਜਿਹੜਾ ਇੱਕ ਨੰਬਰ ਦਾ ਵਾਅਦਾ ਕਰ ਗਿਆ ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਸੰਮੀ ਬਲੋਚ
ਭਾਜੀ ਬੜੀ ਮਿਹਰਬਾਨੀ ਅਗਲੇ ਮੁਕਾਬਲੇ ਦੇ ਦੋਵੇਂ ਟੀਮਾਂ ਬਾਹਰ ਚੱਲਣ ਦਾ ਤਾਂ ਮੁਕਾਬਲਾ ਨਵਾਂ ਲਾਹੌਰ ਦੋਵੇਂ ਟੀਮਾਂ ਰੈਡੀ ਹੋ ਕੇ ਮੈਦਾਨ ਆ ਜਾਓ ਬਾਹਰ ਚੱਲਣ ਦਾ ਤਾਂ ਮੁਕਾਬਲਾ ਨਵਾਂ ਲਾਹੌਰ ਦੋਵੇਂ ਟੀਮਾਂ ਰੈਡੀ ਹੋ ਕੇ ਮੈਦਾਨ ਆ ਜਾਓ ਪਹਿਲੇ ਪਹਿਲੇ ਸਮੂਹ ਲੋ ਦੋ ਨੰਬਰ ਦੇ ਮੁੰਡੇ ਨੇ ਖੇਡਣ ਦੀ ਕੋਸ਼ਿਸ਼ ਕੀਤੀ ਆ ਤੇ ਇੱਕ ਨੰਬਰ ਦਾ ਵਾਅਦਾ ਕਰ ਗਿਆ ਆਪ ਸਮਾਂ ਨੂੰ ਜੁਆਇਨ ਦਾ ਦਿਓ ਭਾਈ ਜੀ ਹਾਲ ਤਾਂ ਹੋ ਗਿਆ ਅਗਲੇ ਮੁਕਾਬਲੇ ਦੇ ਦੋਵੇਂ ਟੀਮਾਂ ਮੈਦਾਨ ਆ ਜਾਓ ਇਕੱਠਾ ਕਰਕੇ ਬਾਹਰ ਚੱਲਣ ਦਾ ਤਾਂ ਮੁਕਾਬਲਾ ਨਵਾਂ ਲਾਹੌਰ ਯਾਮਿਨ ਵਾਲਾ ਸਾਹਿਬ ਟੀਮ ਲੈ ਕੇ ਮੈਦਾਨ ਆ ਜਾਓ ਮੇਰਾ ਬੱਬਰ ਸ਼ੇਰ ਮੁਹੰਮਦ ਯਾਮਿਨ ਜਾਫੀ ਚੱਲ ਪਈ ਜੁੱਸਾ ਚੰਡ ਜਵਾਨਾ ਤੇ ਲੱਗੇ ਨਾ ਅੱਜ ਕੰਡ ਜਵਾਨਾ ਪਲਟਾ ਸੋਹਣੇ ਜਿੱਦਾਂ ਮਾਰੀ ਪਏ ਮੈਦਾਨੇ ਕੰਡ ਜਵਾਨਾ ਪਹਿਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਸਾਹਿਦ ਰਹਿਮਾਨੀ ਬਿਲਕੁਲ ਚਾਰ ਪਰ ਚਾਰ ਬੱਲੇ ਬੱਲੇ ਦੋ ਤਿੰਨ ਚਾਰ ਕਿਲੇ ਪੈ ਗਏ ਇਹ ਸੌੜਾ ਇਹ ਠੇਕਾ ਨਹੀਂ ਕੱਲਾ ਕੱਲਾ ਸਾਰੇ ਟੱਬਰ ਦਾ ਠੇਕਾ ਨਹੀਂ ਇੱਕ ਨੰਬਰ ਦਾ ਵਾਅਦਾ ਕਰਕੇ ਮੁਹੰਮਦ ਸਾਹਿਦ ਰਹਿਮਾਨੀ ਅਗਲੀ ਕਬੱਡੀ ਪਾਉਣ ਵਾਸਤੇ ਸਾਈ ਸ਼ਕੂਰ ਕਬੱਡੀ 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 ਕਰਦਾ ਮੋਹਰੇ ਚਾਰ ਜਾਫੀ ਬਿਲਕੁਲ ਚਾਰ ਪਰ ਚਾਰ ਦੇਖੋ ਕਿੰਨਾ ਟੱਕਰ ਲੈਂਦਾ ਹੈ ਭਾਈ ਬੜੀ ਮਿਹਰਬਾਨੀ ਭਾਈ ਯਾਮਿਨ ਵਾਲਾ ਸਾਹਿਬ ਟੀਮ ਲੈ ਕੇ ਮੈਦਾਨ ਆ ਜਾਓ ਅਗਲੇ ਮੁਕਾਬਲੇ ਦੀਆਂ ਦੋਵੇਂ ਟੀਮਾਂ ਬਾਹਰ ਚੱਲਣ ਦਾ ਤਾਂ ਮੁਕਾਬਲਾ ਨਵਾਂ ਲਾਹੌਰ ਦੋਵੇਂ ਟੀਮਾਂ ਰੈਡੀ ਹੋ ਕੇ ਮੈਦਾਨ ਆ ਜਾਓ ਬੱਲੇ ਬੱਲੇ ਇੱਧਰ ਕੀ ਬਣ ਗਿਆ ਬੱਲੇ ਮਾਰ ਦੋ ਤਾੜੀਆਂ ਕਰੀ ਗੁਰਦਰ ਸ਼ੇਰ ਦੀ ਤਗੜਾ ਜੱਫਾ ਮਾਰਿਆ ਹੈ ਇੱਕ ਨੰਬਰ ਦਾ ਵਾਅਦਾ ਕਰ ਗਿਆ ਸਿਦਾਰ ਵਾਸਤੇ ਅਗਲੇ 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 ਮੁਕਾਬਲੇ ਦੇ ਦੋਵੇਂ ਟੀਮਾਂ ਭਾਈ ਜੀ ਛੇਤੀ ਤੋਂ ਛੇਤੀ ਮੈਦਾਨ ਚੱਲ ਗਈ ਮਿਹਰਬਾਨੀ ਚੱਲ ਪਈ ਕਬੱਡੀ ਪਾਉਣ ਵਾਸਤੇ ਗੱਭਰੂ ਬਿਲਕੁਲ ਚਾਰ ਪਰ ਚਾਰ ਮੇਰੇ ਚਾਰ ਜਾਫੀ ਸੱਜੀ ਕੰਨੇ ਮੁੰਡੇ ਨੇ ਬੱਲੇ ਬੱਲੇ ਇੱਥੇ ਲੱਗੇਗਾ ਪਤਾ ਉਸਤਾਦਾਂ ਨੂੰ ਵਿਸਲ ਦੱਸੇਗੀ ਟੈਕਨੀਕਲ ਪੁਆਇੰਟ ਕਮੈਂਡਰ ਦਾ ਪੁਆਇੰਟ ਕਮੈਂਡਰ ਦਾ ਪੁਆਇੰਟ ਚਾਰ ਭਾਂਦਲੇ ਦਾ ਮੇਰੇ ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਬਰਾਰ ਸਿੰਘ ਦਾ ਚੱਟ ਪੁੱਤ ਦੀ ਕਬੱਡੀ ਹੈ ਦੇਖੋ ਕਿੰਨਾ ਟੱਕਰ ਲੈਂਦਾ ਹੈ ਮੇਰੇ ਚਾਰ ਜਾਫੀ ਸਰਦਾਰ ਦੇ ਬਿਲਕੁਲ ਚਾਰ ਪਰ ਚਾਰ ਦੋ ਨੰਬਰ ਤੋਂ ਮੁੰਡੇ ਨੇ ਕੋਸ਼ਿਸ਼ ਕੀਤੀ ਹੈ ਪਰ ਖਾਲੇ ਬਦਲੀ ਗੁਸਲ ਦਾ ਇਸ਼ਾਰਾ ਕਿ ਪੁਆਇੰਟ ਕਮੈਂਡਰ ਦਾ ਸਦਕੇ ਜਾਵਾਂ ਖਾਲੇ ਤੇਰੇ ਐਕਸ਼ਨ ਤੋਂ ਸਦਕੇ ਜਾਵਾਂ ਇੱਕ ਨੰਬਰ ਦਾ ਵਾਅਦਾ ਕਰਕੇ ਮੁਹੰਮਦ ਅਬਰਾਰ ਸੰਗੇੜਾ ਲੋ ਜੀ ਅਗਲੀ ਕਬੱਡੀ ਪਾਉਣ ਵਾਸਤੇ ਫੌਜੀ ਦੀ ਕਬੱਡੀ ਹੈ ਪਾਕਿਸਤਾਨ ਆਰਮੀ ਮੁਹੰਮਦ ਸ਼ਮੀ ਬਲੋਚ ਕਿ ਪਾਕ ਆਰਮੀ ਦਾ ਤੈਨੂੰ ਹੈ ਨਾਮ ਮਿਲਿਆ ਭਰ ਕੇ ਤੈਨੂੰ ਤਰੱਕੀ ਦਾ ਜਾਮ ਮਿਲਿਆ ਖੁਸ਼ ਵਕਤ ਤੇ ਖੁਸ਼ ਨਸੀਬ ਤੋਂ ਸਮੂਹ ਤੈਨੂੰ ਖੇਰ ਤੇ ਵੱਡਾ ਇਨਾਮ ਮਿਲਿਆ ਮੁਹੰਮਦ ਸ਼ਮੀ ਬਲੋਚ ਬੱਲੇ ਬੱਲੇ ਇੱਥੇ ਲੱਗੇਗਾ ਪਤਾ ਇੱਕ ਨੰਬਰ ਦਾ ਵਾਅਦਾ ਕਰਕੇ ਸ਼ਮੀ ਬਲੋਚ ਅਗਲੀ ਕਬੱਡੀ ਪਾਉਣ ਵਾਸਤੇ ਜ਼ੁਬੈਰ ਗੋਰਾ ਹਲਕੀ ਜੀ ਬਣਿਆ ਮੁੰਡੇ ਦੇ ਸਾਹਮਣੇ ਚਾਰ ਜਾਫੀ ਬਿਲਕੁਲ ਚਾਰ ਪਰ ਚਾਰ ਦੇਖੋ ਕਿੰਨਾ ਟੱਕਰ ਲੈਂਦਾ ਹੈ ਬੱਲੇ ਬੱਲੇ ਸੱਜੀ ਕੰਨੀਆਂ ਮੁੰਡੇ ਨੇ ਕੋਸ਼ਿਸ਼ ਕੀਤੀ ਇੱਥੇ ਲੱਗੇਗਾ ਪਤਾ ਗੁੱਟ ਫੜ ਗਿਆ ਬੱਲੇ 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 ਨਾ ਸਿੱਟੀਆਂ ਕੈਂਚੀ ਇੱਥੇ ਲੱਗੇਗਾ ਪਤਾ ਗੁੱਟ ਫੜ ਲਿਆ ਬੱਲੇ 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 ਕਹਿੰਦਾ ਗੁੱਟ ਘੁੱਟ ਕੇ ਫੜ ਲਿਆ ਜੀਣ ਜੋ ਗਿਆ ਮੈਂ ਵੀ ਤੇਰੀ ਬਾਂਹ ਵੀ ਤੇਰੀ ਕਾਲੀ ਭੂਰੀ ਵੱਛੀ ਵਾਲੀ ਸੱਜੇ ਰਸੋਈ ਗਾਂ ਵੀ ਤੇਰੀ ਬੱਲੇ ਬੱਲੇ ਇੱਥੇ ਲੱਗੇਗਾ ਪਤਾ ਪੈਰ ਜਾਫੀ ਦਾ ਪੈਰ ਸਰਦਾਰ ਦਾ ਜੀ ਅਗਲੀ ਕਬੱਡੀ ਪਾਉਣ ਵਾਸਤੇ ਬਿਲਕੁਲ ਤਿਆਰ ਪਰ ਤਿਆਰ ਨਵਾਂ ਨਕੋਰ ਮੁੰਡਾ ਨਿਕਲਾ ਫਿਰ ਗੁਰਦੁਆਰੇ ਵਿੱਚ ਮੇਰੇ ਚਾਰ ਜਾਫੀ ਬਿਲਕੁਲ ਚਾਰ ਦੇਖੋ ਕਿੰਨਾ ਟੱਕਰ ਲੈਂਦਾ ਹੈ 30 ਸੈਕਿੰਡ ਦਾ ਸਮਾਂ ਬੱਲੇ 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 ਇੱਥੇ ਲੱਗੇਗਾ ਪਤਾ ਭਾਈ ਜੀ ਬੜੀ ਮਿਹਰਬਾਨੀ ਅਗਲੇ ਮੁਕਾਬਲੇ ਦੇ ਦੋਵੇਂ ਟੀਮਾਂ ਮੈਦਾਨ ਆ ਜਾਓ ਬਾਹਰ ਚੱਲਣ ਦਾ ਤੇ ਨਵਾਂ ਲਾਹੌਰ ਚੱਲ ਪਈ ਕਬੱਡੀ ਪਾਉਣ ਵਾਸਤੇ ਸਾਈ ਸ਼ਕੂਰ ਇੱਕ ਵਾਰੀ ਬਾਰੇ ਤੈਅ ਕਰੋ ਮੇਰੇ ਚਾਰ ਜਾਫੀ ਬਿਲਕੁਲ ਚਾਰ ਪਰ ਚਾਰ ਸਰਦਾਰ ਦੇ ਦੇਖੋ ਕਿਹਨੂੰ ਟੱਕਰ ਲੈਂਦਾ ਹੈ ਬੱਲੇ 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 ਇੱਥੇ ਲੱਗੇਗਾ ਪਤਾ ਸੱਜੀ ਕੰਨੇ ਮੁੰਡੇ ਨੇ ਗੁੱਟ ਫੜਿਆ ਬੱਲੇ ਬੱਲੇ ਚੜ੍ਹਾਈ ਕਰ ਗਿਆ ਇੱਥੇ ਮਾਰਦੇ ਤਾੜੀ ਗੱਭਰੂ ਦੀ ਕਿੰਛੀ ਲਾਉਣ ਦੀ ਕੋਸ਼ਿਸ਼ ਕੀਤੀ ਆ ਬੱਲੇ 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 ਇੱਥੇ ਲੱਗੇਗਾ ਪਤਾ ਕੋਈ ਮੌਕਾ ਨਹੀਂ ਦਿੱਤਾ ਜਾ ਰਿਹਾ ਇੱਥੇ ਲੱਗੂ ਪਤਾ ਵੀ ਕਿੰਨੇ ਦੁੱਧ ਪੀਤਾ ਤੇ ਕਿੰਨੇ ਫੇਸਬੁੱਕ ਚਲਾਈ ਆ ਭਾਈ ਜੀ ਬੱਲੇ 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 ਇੱਥੇ ਲੱਗੇਗਾ ਪਤਾ ਬੱਲੇ 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 30 ਸੈਕਿੰਡ ਦਾ ਸਮਾਂ ਵਰਡ ਜਾਫੀ ਦਾ ਪੁਆਇੰਟ ਸਰਦਾਰ ਦਾ ਬੜੀ ਮਿਹਰਬਾਨੀ ਅਗਲੇ ਮੁਕਾਬਲੇ ਦੀਆਂ ਦੋਵੇਂ ਟੀਮਾਂ ਮੈਦਾਨ ਆ ਜਾਓ ਬਾਹਰ ਚੱਲਣ ਦਾ ਬਾ ਮੁਕਾਬਲਾ ਨਵਾਂ ਲਾਹੌਰ ਚੱਲ ਪਈ ਕਬੱਡੀ ਪਾਉਣ ਵਾਸਤੇ ਗੱਭਰੂ ਬਿਲਕੁਲ ਚਾਰ ਪਰ ਚਾਰ ਮੁਹੰਮਦ ਜ਼ਬੈਰ ਗੋਰਾ ਮੇਰੇ ਚਾਰ ਜਾਫੀ ਦੇਖੋ ਕਿਹਨੂੰ ਟੱਕਲ ਕਿਹਨੂੰ ਟੱਚ ਮਾਰਦਾ ਹੈ ਕੰਨੇ ਦੇ ਰਾਣਾ ਸਾਹਿਬ ਦਾ ਵੇਖ ਰਿਹਾ ਬੱਲੇ 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 30 ਸੈਕਿੰਡ ਦਾ ਸਮਾਂ ਹੈ ਦੇਖੋ ਕਿਹਨੂੰ ਹੈ ਨਹੀਂ ਕਰਦਾ ਹੈ ਮੁੰਡਾ ਬੱਲੇ 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 ਦੋ ਨੰਬਰ ਤੋਂ ਮੁੰਡੇ ਦੇ ਖੁੱਜ ਕਿਸੇ ਦੀ ਕੋਸ਼ਿਸ਼ ਕੀਤੀ ਗੁੱਟ ਫੜ ਗਿਆ ਬੱਲੇ ਇੱਥੇ ਲੱਗੂਗਾ ਪਤਾ ਬੱਲੇ 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 30 ਸੈਕਿੰਡ ਦਾ ਸਮਾਂ ਕਹਿੰਦਾ ਗੁੱਟ ਘੁੱਟ ਕੇ ਫੜ ਲਈਏ ਅਜੇ ਸਾਡੀ ਉਮਰ ਨਿਆਣੀ ਮੈਂ ਸੁਣਿਆ ਇਸ ਮੇਲੇ ਦੇ ਵਿੱਚ ਕਈ ਵਿਛੜ ਗਏ ਨੇ ਹਰੀ ਮੈਂ
ਸੁਣਿਆ ਇਸ ਮੇਲੇ ਦੇ ਵਿੱਚ ਕਈ ਵਿਛੜ ਗਏ ਨੇ ਹਾਣੀ ਟਿਕੜਾ ਜੱਫਾ ਮਾਰਿਆ ਇੱਕ ਨੰਬਰ ਵਾਧਾ ਕੱਢਿਆ ਸਤਾਰ ਵਾਸਤੇ ਭਾਈ ਜੀ ਬੜੀ ਮਿਹਰਬਾਨੀ ਅਗਲੇ ਮੁਕਾਬਲੇ ਲੈ ਕੇ ਦੋਵੇਂ ਟੀਮਾਂ ਬਾਹਰ ਚੱਲਣ ਦਾ ਪਾ ਮੁਕਾਬਲਾ ਨਵਾਂ ਲਾਹੌਰ ਦੋਵੇਂ ਟੀਮਾਂ ਰੈਡੀ ਹੋ ਕੇ ਮੈਦਾਨ ਆ ਜਾਓ ਕਬੱਡੀ ਪਾਉਣ ਵਾਸਤੇ ਮੁਹੰਮਦ ਅਬਰਾਰ ਸਿੰਘ ਜਿਹੜਾ ਫਿਰ ਇੱਕ ਵਾਰੀ ਕਬੱਡੀ ਕਬੱਡੀ ਕਰਦਾ ਲਗਾਤਾਰ ਦੂਸਰ ਕਬੱਡੀ ਪਾ ਰਿਹਾ ਗੱਭਰੂ ਸਦਕੇ ਜਾਵਾਂ ਮੁਹੰਮਦ ਅਬਰਾਰ ਸਿੰਘ ਜਿਹੜਾ ਛੋਟੀ ਉਮਰ ਬੱਲੇ ਬੱਲੇ ਦੋ ਨੰਬਰ ਦੇ ਮੁੰਡੇ ਨੇ ਫੜਨ ਦੀ ਕੋਸ਼ਿਸ਼ ਕੀਤੀ ਹੈ ਇੱਕ ਨੰਬਰ ਦਾ ਵਾਅਦਾ ਕਰਕੇ ਮੁਹੰਮਦ ਅਬਰਾਰ ਸਿੰਘ ਜਿਹੜਾ ਚੱਲ ਵੀ ਕਬੱਡੀ ਪਾਉਣ ਵਾਸਤੇ ਭਾਰੀ ਭੜਕਣ ਦਾ ਜੁੱਸਾ ਨਵਾਂ ਨਗੋਰ ਮੁੰਡਾ ਲਓ ਜੀ ਇੱਕ ਵਾਰੀ ਤਾੜੀ ਮਾਰ ਦਿਓ ਨਵੇਂ ਲਾਹੌਰ ਦੀ ਟੀਮ ਮੈਦਾਨੇ ਆ ਗਈ ਇੱਕ ਵਾਰੀ ਤਾੜੀ ਮਾਰ ਦਿਓ ਨਵੇਂ ਲਾਹੌਰ ਦੀ ਟੀਮ ਮੈਦਾਨੇ ਉੱਤਰਦੀ ਪਈ ਹੈ ਭਾਈ ਜੀ ਬੜੀ ਮਿਹਰਬਾਨੀ ਚੱਲਣ ਕਹਿ ਰਹੇ ਤੁਸੀਂ ਲੈ ਲਓ ਉਸਤਾਦ ਯਾਮੀਨ ਵਾਲਾ ਸਾਹਿਬ ਆਪਣੇ ਕੱਪੜੇ ਲੈ ਕੇ ਮੈਦਾਨੇ ਆ ਰਹੇ ਬੜੀ ਮਿਹਰਬਾਨੀ ਲੈ ਜੀ ਹੈਦਰੀ ਕਬੱਡੀ ਕਲੱਬ ਵੀ ਆ ਗਿਆ ਬੱਲੇ ਬੱਲੇ ਮੇਰਾ ਵੀਰ ਰਾਣਾ ਮੁਹੰਮਦ ਉਸਮਾਨ ਉਹਨਾਂ ਦੇ ਨਾਲ ਨਾਲ ਕੋਚ ਪਾਕਿਸਤਾਨ ਉਸਤਾਦ ਅਮਰ ਜੱਟ ਛੀਨਾ ਸਿੱਧੂਪੁਰੀ ਦਾ ਨਾਲ ਮੇਰਾ ਵੀਰ ਉਸਤਾਦ ਮਨਜ਼ੂਰ ਅੰਸਾਰੀ ਸਾਹਿਬ ਸੱਤ ਬਿਸਮਿਲਾ ਜੀ ਆਇਆਂ ਨੇ ਕੋਚ ਪਾਕਿਸਤਾਨ ਮੁਹੰਮਦ ਅਮਰ ਜੱਟ ਛੀਨਾ ਸਿੱਧੂਪੁਰੀ ਦਾ ਸੱਤ ਬਿਸਮਿਲਾ ਜੀ ਆਇਆਂ ਨੇ ਭਾਈ ਜੀ ਅਗਲੇ ਮੁਕਾਬਲੇ ਲੈ ਕੇ ਦੋਵੇਂ ਟੀਮਾਂ ਚੁਣ ਕੇ ਪਾ ਮੁਕਾਬਲਾ ਨਵਾਂ ਲਾਹੌਰ ਭਾਈ ਜੀ ਮੈਚ ਖਤਮ ਹੋ ਗਿਆ ਦੋਵੇਂ ਟੀਮਾਂ ਮੈਦਾਨ ਨੇ ਆ ਜਾਓ ਬੜੀ ਮਿਹਰਬਾਨੀ ਬਾਹਰ ਚੁਣਨ ਕਾ ਪਾ ਮੁਕਾਬਲਾ ਨਵਾਂ